किसानों के हक च नहीं है। इन्होंने बिना किसी गलबात किए कहते किसान जथेबंधी का इन्होंने ये लागू कर दिए है। अंबानिया अडानिया खिलाफ के नाल रल के ये बहुत ही माड़े जोड़े कानून आ इन्होंने जो पास किए हैं तो वापस नहीं लैन दे। किसान दो महीने हो गए धरने से बैठे आ, उन्हों की कोई सुनवाई नहीं कर रहे, मीटिंगा करते हैं लगातार, ये मीटिंगा रद्द कर रहे हैं। तो असं हम दिल्ली जा रहे हैं पिछले इन्ह मोदी का विरोध कर ट्रेड काले कानून इन्होंने पास किए वापस लैन। वाहेगुरु मार्च हुई है, अभी जागो कटी गई है, जेड़ी अंधी हुई सरकार सुटी पई है, जिन्होंने अजे तक भी किसानों का दर्द लोकतंत्र की आवाज़ समझ के आ रही, उन्होंने मैसेज दिता गया कि जल्दी अपनी मीट को जागो, जाग के जो काले कानून बनाए उन्होंने रद्द करो। ये अज उन्होंने दसना पवेगा कितने दिन हो गए किसान उत्ते बैठे ने, सड़कों के उत्ते बैठे ने, अपने घर तो दूर बैठे ने, आप लंगर पका रहे हैं, आप रोटी पका खा रहे हैं, किसी को अपन जमीन बचाने अपने हक बचाने। अच्छ मोदी साहब को चाहिए जल्द तो जल्द ये कानून रद्द करके उन्होंने घर वाल वापस भेजो। जो 26 तरीक को ट्रैक्टर मार्च होना और पुलिस ने कहा था इजाजत देती, किस तरह देखते हो? देखो तिरंगे मार्च में जी इजाजत दिखती है वो उन्होंने दे पैनी सी, क्योंकि ये उन्होंने हक ने, लोकतंत्र की आवाज़ है, लोग जो लोगों का तिरंगा लोगों का देश है, ये साड़ी ही दिल्ली है, असी उत्थे जाके तिरंगा लहरा सकते हैं, साडा हक बनता है। पर उन्होंने जिवें मंजूरी तिरंगा मार्च में दिखती है उतना जल्दी ही इन्हों काले कानून रद्द कर भी इन्हों मोदी साहब को अपने अफसर मंजूरी देनी चाहिए। जाते देती उन्होंने
ਪੁਲਿਸ ਨੇ ਅਸੀਂ ਕਹਿ ਰਹੇ ਹਾਂ ਵੀ ਤਿਰੰਗੇ ਦੀ ਜਿਵੇਂ ਇਜਾਜ਼ਤ ਦਿੱਤੀ ਹੈ ਤਿਰੰਗਾ ਮਾਰਚ ਦੀ ਉਵੇਂ ਹੀ ਇਜਾਜ਼ਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੇ ਅਫਸਰਾਂ ਨੂੰ ਵੀ ਦੇਣੀ ਚਾਹੀਦੀ ਹੈ। 2 ਸਾਲ ਤਾਂ ਹੀ ਉਹ ਕਹਿ ਰਹੇ ਕਿ ਪੋਸਟਪੋਨ ਕਰਦੇ ਨੇ, ਉਸ ਤੋਂ ਬਾਅਦ ਜਿਹੜਾ ਲੋ ਜਿਹੜਾ ਦੁਬਾਰਾ ਕੀਤਾ ਜਾਏਗਾ। ਦੇਖੋ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ, ਇੱਕ ਸੰਨੀ ਦਿਓਲ ਨੂੰ ਛੱਡ ਕੇ ਜਿਹਨੇ ਨਲਕਾ ਪੱਟ ਕੇ ਅੰਬਾਨੀ ਦੇ ਘਰੇ ਠੋਕਤਾ, ਉੱਥੋਂ ਜਾ ਕੇ ਉਹਨਾਂ ਨੇ ਸਾਰਾ ਉਹਨਾਂ ਦੀਆਂ ਗੱਲਾਂ ਸੋਚ ਲਿਆ। 12 ਲੋਕ ਸਭਾ ਦੇ ਸਾਂਸਦ ਲੋਕਾਂ ਦੀ ਆਵਾਜ਼ ਨਾਲ ਚੁਣੇ ਗਏ ਸਾਂਸਦ ਨੇ, ਉਹ ਜਦੋਂ ਸਾਂਸਦ ਉੱਥੇ ਬਹਿ ਕੇ ਲੋਕਾਂ ਦੀ ਆਵਾਜ਼ ਪਹੁੰਚਾ ਰਹੇ ਨੇ ਕਿ ਸਾਨੂੰ ਜਿਹਨਾਂ ਨੇ ਵੋਟਾਂ ਪਾਈਆਂ ਨੇ ਉਹ ਵੀ ਦਿੱਲੀ 'ਚ ਬੈਠੇ ਨੇ, ਉਹਨਾਂ ਦੇ ਪਰਿਵਾਰ ਦਿੱਲੀ 'ਚ ਬੈਠੇ ਨੇ, ਉਹਨਾਂ ਦੇ ਬੱਚੇ ਦਿੱਲੀ 'ਚ ਬੈਠੇ ਨੇ, ਉਹਨਾਂ ਨੂੰ ਇਹ ਕਾਲੇ ਕਾਨੂੰਨ ਮਨਜ਼ੂਰ ਨਹੀਂ, ਇਹਨਾਂ ਨੂੰ ਰੱਦ ਕਰੋ। ਜਦੋਂ ਲੋਕਤੰਤਰ ਇਹ ਮਨਜ਼ੂਰ ਨਹੀਂ ਕਰ ਰਿਹਾ, ਤੁਸੀਂ ਕਿਹਨੂੰ ਦਿਖਾਉਣਾ ਚਾਹੁੰਦੇ ਹੋ, ਕਿਹਦੇ ਵਾਸਤੇ ਬਣਾਉਣਾ ਚਾਹੁੰਦੇ ਹੋ, ਇਹਨੂੰ ਜਲਦ ਤੋਂ ਜਲਦ ਰੱਦ ਕਰੋ। ਰਮਨੀਤ ਪਿੱਟੂ ਦਾ ਜੇ ਵਿਰੋਧ ਕੀਤਾ ਗਿਆ ਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਸਰਾਸਰ ਬੀਜੇਪੀ ਦੇ ਮੁੱਦੇ ਨੇ, ਇਹ ਕੋਈ ਕਿਸਾਨ ਲੀਡਰ ਨਹੀਂ। ਕਿਸਾਨਾਂ ਦੇ ਜਿਹੜੇ ਲੀਡਰ ਨੇ ਉਹ ਆਪਣੇ ਕੱਲ੍ਹ ਦੇ ਤਿਰੰਗਾ ਮਾਰਚ ਦੀ ਤਿਆਰੀ ਕਰ ਰਹੇ ਨੇ, ਉਹ ਦਿੱਲੀ ਦੇ ਵਿੱਚ ਨਹੀਂ, ਉਹ ਬਾਰਡਰਾਂ 'ਤੇ ਬੈਠੇ ਨੇ। ਉਹਨਾਂ ਨੂੰ ਤਿਰੰਗਾ ਮਾਰਚ ਦਾ ਮਤਲਬ ਹੈ ਜੋ ਕਿਸਾਨਾਂ ਦੇ ਲਈ ਲੜਾਈ ਲੜ ਰਿਹਾ ਕਿਸਾਨ, ਉਹਨੂੰ ਕਿਉਂ ਪੁੱਛਣਗੇ? ਉਹ ਕੁਲਵੀਰ ਸਿੰਘ ਮਿੱਟੂ ਹੈ, ਬਿਨਾਂ ਛੱਪ ਤੋਂ ਕੁਲਵੀਰ ਸਿੰਘ ਜੀਰਾ ਕਿੰਨੇ ਦਿਨਾਂ ਤੋਂ ਪੱਕੇ ਪਾਣੇ ਉੱਥੇ ਸੜਕ ਦੇ ਉੱਤੇ ਤਰੇੜ ਪੈਂਦੀ ਸੀ, ਠੰਡ ਪੈਂਦੀ ਸੀ, ਕੋਈ ਉੱਥੇ ਟੈਂਟ ਲਾਉਣ ਦੀ ਮਨਜ਼ੂਰੀ ਨਹੀਂ, ਕੋਈ ਉੱਥੇ ਗੱਦਾ ਵਿਛਾਉਣ ਦੀ ਮਨਜ਼ੂਰੀ ਨਹੀਂ। ਇੰਨੇ ਦਿਨਾਂ ਦੇ ਇਹ ਲੀਡਰ ਸਾਡੇ ਉੱਥੇ ਬੈਠੇ ਨੇ, ਇਹ ਕੋਈ ਇਹਨਾਂ ਤੋਂ ਕਿਸਾਨ ਲੀਡਰਾਂ ਨੇ ਗਲਤ ਕੰਮ ਨਹੀਂ ਕੀਤਾ, ਇਹ ਬੀਜੇਪੀ ਦੇ ਗੁੰਡਿਆਂ ਨੇ ਜਾ ਕੇ ਉੱਥੇ ਧੱਕਾ ਸ਼ੇਖੀ ਕੀਤੀ ਹੈ। ਠੀਕ ਹੈ ਜੀ।